ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰਪਰੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਂ ਦਾ ਦੋਸਤੋ ਸੈਸ਼ਨ ਕੋਡ ਵਿੱਚ ਬੰਪਰ ਵਰਦੀ ਆਊਟ ਕਰ ਦਿੱਤੀ ਕਿ ਦੋ ਨਵੇਂ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਦੋ ਤਰ੍ਹਾਂ ਦੇ ਸਟੁੱਟ ਵਿੱਚ ਜੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੇ 10ਵੀਂ ਹੋ ਗਈ ਆਈਟੀਏ ਡਿਗਰੀ ਲਗ ਲਗ ਕੁਆਲੀਫਿਕੇਸ਼ਨ ਤੇ ਲਗ ਲਗ ਪੋਸਟਾਂ ਆਊਟ ਕੀਤੇਗੇ ਤੇ ਬਹੁਤ ਵਧੀਆ ਤੁਹਾਡਾ ਕੋ ਮੌਕਾ ਕਿਰਪਾ ਕਰਕੇ ਵੀਡੀਓ ਜਰੂਰ ਵੇਖਣਾ ਤੇ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਠੀਕ ਹੈ ਤਛੈਸ਼ਨ ਕੋਰਟ ਵਿੱਚ ਦੋ ਤਰ੍ਹਾਂ ਦੇ ਸਵਿਚ ਪੋਸਟ ਆਊਟ ਕਰ ਦਿੱਤੇ ਗਏ ਨੇ ਬਾਕੀ ਕੀ ਐਲੀਜ਼ਾਬੈਥ ਕ੍ਰਾਈਟਰੀਆ ਕੀ ਕੁਆਲਿਫਿਕੇਸ਼ਨ ਸਾਰੀ ਜਾਣਕਾਰੀ ਵੀਡੀਓ ਵਿੱਚ ਦਵਾਂਗਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿੱਪ ਨਹੀਂ ਕਰਨਾ ਜੇਕਰ ਵੀਡੀਓ ਸਕਿੱਪ ਕਰੋਗੇ ਤੁਹਾਨੂੰ ਕੁਝ ਸਮਝ ਨਹੀਂ ਆਉਣੀ ਤਾਂ ਫਿਰ ਤੁਹਾਡੇ ਬਹੁਤ ਕਮੈਂਟ ਆਉਣ ਲੱਗ ਜਾਣਗੇ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਤੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਅਪਲਾਈ ਅਪਲਾਈ ਤੁਸੀਂ ਕਰਨਾ ਏ ਆਫਲਾਈਨ ਅਪਲਾਈ ਕਰਨਾ ਇਹਨਾਂ ਦਾ ਫਾਰਮਾ ਠੀਕ ਹੈ ਫਾਰਮਾ ਪ ਦੇ ਨੇਮ ਆਫ ਕੈਂਡੀਡੇਟ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਕੁਆਲਿਫੀਕੇਸ਼ਨ ਪਰਮਨੈਂਟ ਐਡਰੈਸ ਡਿਟੇਲ ਵਰਕ ਐਕਸਪੀਰੀਅੰਸ ਕੰਟੈਕਟ ਨੰਬਰ ਈਮੇਲ ਆਈਡੀ ਉਸ ਤੋਂ ਬਾਅਦ ਥੱਲੇ ਤੁਸੀਂ ਕਰਦੇ ਨੇ ਸਿਗਨੇਚਰ ਜੋ ਵੀ ਕੈਂਡੀਡੇਟ ਅਪਲਾਈ ਕਰ ਰਿਹਾ ਉਸ ਤੇ ਸਿਗਨੇਚਰ ਇੱਥੇ ਹੋ ਜਾਣਗੇ ਤੇ ਲਾਸਟ ਡੇਟ ਹੈ ਕਿ 22 ਅਕਤੂਬਰ 2022 ਸ਼ਾਮ 5 ਵਜੇ ਤੱਕ ਇਸ ਤੋਂ ਪਹਿਲ-ਪਹਿਲ ਤੁਸੀਂ ਅਪਲਾਈ ਕਰ ਲੈਣਾ ਅਪਲਾਈ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਹੈ ਤੇ ਪੋਸਟ ਨੇ ਕਿਹ ਅਲਿਫਟ ਆਪਰੇਟਰ ਦੀ ਟੋਟਲ ਪੋਸਟ ਆਊਟ ਕੀਤੀ ਹੈ ਕਿ 12 ਜਨਰਲ ਦੀਆਂ 6 ਐਸਸੀ ਦੀਆਂ 3 ਐਫਐਮ ਜਨਰਲ BCD ਇੱਕ PHC ਦੀ ਅਕਾਊਂਟ ਕੀਤੀ ਗਈ ਹੈ ਤੇ ਇਸ ਤੁਹਾਡੀ ਰੱਖੀ ਗਈ 18 ਤੋਂ 37 ਸਾਲ ਬਾਕੀ ਜੋ ਵੀ ਰਿਜ਼ਰਵਡ ਕੈਟਾਗਰੀ ਜੋ ਵੀ ਰਿਲੈਕਸ਼ਨ ਦਿੱਤਾ ਜਾਂ ਜੋ ਵੀ ਪੰਜਾਬ ਗਵਰਨਰ ਰੂਲਸ ਅਨੁਸਾਰ ਦਿੱਤਾ ਜਾਵੇਗਾ ਤੇ ਇਸ ਕੁਆਲਿਫੀਕੇਸ਼ਨ 10ਵੀਂ ਕੀਤੀ ਆਈਟੀ ਤੁਸੀਂ ਟ੍ਰੇਡ ਵਿੱਚ ਜੋ ਵੀ ਟ੍ਰੇਡ ਵਿੱਚ ਅਪਲਾਈ ਕਰ ਰਹੇ ਉਸ ਨਾਲ ਰਿਲੇਟਡ ਤੁਹਾਡੀ ਜੋ ਆਈਟੀ ਹੋਣੀ ਚਾਹੀਦੀ ਹੈ ਤੇ ਜਾਂ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈਗਾ ਆਪਰੇਸ਼ਨ ਐਂਡ ਮੇਨਟੇਨੈਂਸ ਆਫ ਲਿਫਟ ਫੈਮਿਲੀ ਇਨ ਗਵਰਨਮੈਂਟ ਸੈਮੀ ਗਵਰਨਮੈਂਟ ਡਿਪਾਰਟਮੈਂਟ ਇਸ ਵਿੱਚ ਤੁਹਾਡਾ ਜੋ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤਾਂ ਟੋਟਲ 12 ਪੋਸਟਾਂ ਆਊਟ ਕੀਤੀਆਂ ਗਈਆਂ ਲਿਫਟ ਆਪਰੇਟਰ ਦੀਆਂ ਤਿੰਨ ਐਡਰੈਸ ਮੈਂਸ਼ਨ ਕੀਤਾ ਹੈ ਠੀਕ ਹੈ ਇੱਥੇ ਦੇਖ ਸਕਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਡਿਸਟ੍ਰੀ ਹੈਡ ਕੁਆਟਰ ਗੁਰਦਾਸਪੁਰ ਐਂਡ ਜੁਡੀਸ਼ੀਅਲ ਕੋਰਟ ਕੰਪਲੈਕਸ ਸਬਡਿਵੀਜ਼ਨ ਬਟਾਲਾ ਠੀਕ ਐਡਰੈਸ ਮੈਂਸ਼ਨ ਕੀਤਾ ਇੱਥੇ ਤੇ ਅਪਲਾਈ ਟੂਸ ਕਰਨੇ ਜੋ ਆਫਲਾਈਨ ਅਪਲਾਈ ਕਰਨਾ ਤੁਸੀਂ ਜੋ ਵੀ ਹੈ ਗਿਆ ਤੁਹਾਡੇ ਡਾਕੂਮੈਂਟ ਜੋ ਵੀ ਠੀਕ ਹੈ ਕੁਆਲਿਫੀਕੇਸ਼ਨ ਹੋ ਗਿਆ ਕਾਸਟ ਹੋ ਗਿਆ ਆਧਾਰ ਕਾਟ ਜੋ ਵੀ ਅਗੇ ਸਾਰੇ ਫੋਟੋਕਾਪੀਆਂ ਕਰਾ ਲੈਣੀ ਉਸ ਨੂੰ ਸੈਲਫ ਟੈਸਟਡ ਕਰਕੇ ਇਸ ਫਾਰਮ ਨੂੰ ਭਰ ਕੇ ਠੀਕ ਹੈ ਤੇ ਤੁਸੀਂ ਲਾਸਟ ਡੇਟ ਹੈਗੀ 22 ਅਗਸਤ ਇਸ ਤੋਂ ਪਹਿਲ ਪਹਿਲ ਸੈਂਡ ਕਰ ਦੇਣੇ ਨੇ ਤੇ ਜੋ ਪਹਿrti ਆਊਟ ਕੀਤੀ ਗਈ ਗੁਰਦਾਸਪੁਰ ਵੱਲ ਉਹ ਆਊਟ ਕਰ ਦਿੱਤੀ ਗਈ ਹੈ ਤੇ ਬਾਕੀ ਜੇਕਰ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ 1 ਨੰਬਰ ਤੇ ਜੋ ਪਹਿrti ਆਊਟ ਕੀਤੀ ਗਈ ਫਸਟ ਨੰਬਰ ਤੇ ਠੀਕ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸੈਕੰਡ ਨੰਬਰ ਤੇ ਆਊਟ ਕੀਤੀ ਗਈ ਹੈ ਉਹ ਵੀ ਗੁਰਦਾਸਪੁਰ ਸੈਸ਼ਨ ਕੋਰਟ ਵਿੱਚ ਹੀ ਆਊਟ ਕੀਤੀ ਗਈ ਹੈ ਬਾਕੀ ਕੀ एलिजिਬਿਟੀ ਕ੍ਰਾਈਰੀਆ ਸਾਰੀ ਜਾਣਕਾਰੀ ਵੀਡੀਓ ਵਿੱਚ ਦਵਾਂਗਾ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਤਾਂ ਚੱਲਦੇ ਆਪਾਂ ਜੋ ਦੂਜੇ ਨੋਟੀਫਿਕੇਸ਼ਨ ਦੀ ਵੱਲ ਤਾਂ ਮੈਂ ਆ ਗਿਆ ਹਾਂ ਤੇ ਜੋ ਦੂਜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਦਾ ਇਹ ਪਰਫਾਰਮਾ ਵੀ ਦਿੱਤਾ ਹੈ ਠੀਕ ਹੈ ਦੋਵੇਂ ਤੁਹਾਨੂੰ ਪੀਡੀਐਫ ਮਿਲ ਜਾਣਗੇ ਮੇਰੇ WhatsApp ਤੇ Telegram ਗਰੁੱਪ ਵਿੱਚ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਆ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਜਲ ਜੁਆਇਨ ਜ਼ਰੂਰ ਕਰ ਲਓ ਐਪਲੀਕੇਸ਼ਨ ਫੋਸਟ ਠੀਕ ਹੈ ਤੇ ਜੋ ਵੀ ਪੋਸਟ ਅਪਲਾਈ ਕਰੋਗੇ ਉਹ ਲਿਖ ਦੇਣੀ ਤੁਸੀਂ ਨੇਮ ਬਲੌਕ ਲੈਟਰ ਦੇਖ ਰਹੇ ਤੁਸੀਂ ਨਾਮ ਲਿਖਣਾ ਹੈ ਫਾਦਰ ਜਾਂ ਸਪਸਮੈਂਡ ਨੇਮ ਪਰਮਨੈਂਟ ਐਡਰੈਸ ਉਹਦਾ ਡੇਟ ਆਫ ਬਰਥ ਕੁਆਲਿਫਿਕੇਸ਼ਨ ਡਿਟੇਲ ਡਿਗਰੀ ਜਾਂ ਡਿਪਲੋਮਾ ਕੰਪਿਊਟਰ ਦਾ ਨੈਸ਼ਨੈਲਿਟੀ ਐਕਸਪੀਰੀਅੰਸ ਹੈਗਾ ਤਾਂ ਲਿਖ ਸਕਦੇ ਨੇ ਤਾਂ ਖਾਲੀ ਛੱਡ ਸਕਦੇ ਹੋ ਕੈਟਾਗਰੀ ਹੋ ਗਈ ਲਿਸਟ ਡਾਕੂਮੈਂ ਤੇ ਈਮੇਲ ਆਈਡੀ ਮੋਬਾਈਲ ਨੰਬਰ ਉਸ ਤੋਂ ਬਾਅਦ ਸਿਗਨੇਚਰ ਆਫ ਕੈਂਡੀਡੇਟ ਇੱਥੇ ਸਿਗਨੇਚਰ ਕਰ ਦੇਣੇ ਨੇ ਤੇ ਇਸ ਦੀ ਜੋ ਲਾਸਟ ਡੇਟ ਹੈਗੀ 20 ਅਗਸਤ 2022 ਤੋਂ ਪਹਿਲ ਬਲੈ ਅਪਲਾਈ ਕਰ ਲੈਣਾ ਜੋ ਵੀ ਐਲੀਜੀਬਲ ਕੈਂਡੀਡੇਟ ਹੈਗੇ ਨੇ ਤੇ ਕਲਰ ਤੱਕ ਕਲਰਕ ਦੀ ਪੋਸਟ ਆਊਟ ਕੀਤੀ ਗਈ ਆ ਡਾਕ ਬੇਸਿਸ ਟੋਟਲ 20 ਆਊਟ ਕੀਤੀ ਗਈ ਜਰਨਲ ਵਿੱਚ 10 ਐਸਐਸਵੀ 3 ਬੀਸੀ ਦੀਆਂ ਤੋਂ ਪੀ ਐਚਸੀ ਦੀ ਇੱਕ ਈਐਸਐਮ ਜਰਨਲ ਦੀਆਂ ਤਿੰਨ ਈਐਸਐਮ ਬੀਸੀ ਦੀ ਇੱਕ ਆਊਟ ਕੀਤੀ ਗਈ ਹੈ ਤੇ ਕੁਆਲੀਫਿਕੇਸ਼ਨ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਬੀਏ ਬੀਐਸਸੀ ਜਾਇ ਇਕਵੈਲਟ ਤੇ ਪੰਜਾਬੀ ਵਿੱਚ ਤੁਹਾਡਾ ਇੱਕ ਜੋ ਸਬਜੈਕਟ ਹੋਣਾ ਚਾਹੀਦਾ ਹੈ ਠੀਕ ਹੈ ਪੰਜਾਬੀ ਤੁਸੀਂ 10ਵੀਂ ਜੋ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਫਿਰ ਫਰੈਂਸੀ ਤੁਹਾਨੂੰ ਹੋਣੀ ਚਾਹੀਦੀ ਕੰਪਿਊਟਰ ਵਿੱਚ ਤੇ ਇਹ ਜੋ ਕੁਆਲਿਫੀਕੇਸ਼ਨ ਰੱਖੀ ਗਈ ਹੈ ਬਾਕੀ ਤੇ ਤੁਸੀਂ ਵੇਖ ਸਕਦੇ ਹੋ ਤੇ 18 ਤੋਂ 37 ਸਾਲ ਤੱਕ ਵੱਡੀ ਜੋ ਏਜ ਰੱਖੀ ਗਈ ਹੈ ਤੇ ਰਿਲੈਕਸ਼ਨ ਜੋ ਵੀ ਰਿਜ਼ਰਵਡ ਕੈਟਾਗਰੀ ਜੋ ਵੀ ਪੰਜਾਬ ਕਾਮਨ ਰੂਲਸ ਅਨੁਸਾਰ ਜੋ ਵੀ ਰਿਲੈਕਸ਼ਨ ਦਿੱਤਾ ਜਾਂਦਾ ਉਹ ਦਿੱਤਾ ਜਾਵੇਗਾ ਤੇ ਤੁਸੀਂ ਜੋ ਇਸ ਦੇ ਨਾਲ ਕੁਆਲਿਫੀਕੇਸ਼ਨ ਹੋ ਗਈ ਠੀਕ ਹੈ ਕਾਸ ਸਰਟੀਫਿਕੇਟ ਆਧਾਰ ਕਾਰਡ ਜੋ ਵੀ ਤੁਹਾਡੇ ਕੋਲ ਹੈਗੇ ਨੇ ਸਰਟੀਫਿਕੇਟਸ ਨੂੰ ਫੋਟੋਕਾਪੀਆਂ ਨੂੰ 셀ਫ ਟੈਸਟਡ ਕਰਕੇ ਤੇ ਫਾਰਮੈਟ ਭਰ ਕੇ ਤੇ ਨਾਲ ਅਟੈਚਮੈਂਟ ਕਰਕੇ ਤੇ ਲਾਸਟ ਡੇਟ 20 ਅਗਸਤ 2022 ਤੋਂ ਪਹਿਲ-ਪਹਿਲ ਤੁਸੀਂ ਅਪਲਾਈ ਕਰ ਲੈਣਾ ਹੈ ਇਸ ਤੇ ਤੁਸੀਂ ਫੋਟੋ ਵਿੱਚ ਪਕਾ ਦੇਣੀ ਠੀਕ ਹੈ ਦੂਜੇ ਫਾਰਮ ਤੇ ਤੇ ਇਸ ਤੇ ਫਾਰਮ ਤੇ ਕੋਰਨਰ ਫੋਟੋ ਚ ਚਿਪਕਾ ਦੇਣੀ ਤੁਸੀਂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਬਾਕੀ ਕਿ ਕਰਤਵਨ ਕੋਈ ਸਮਝ ਨਹੀਂ ਆਉਂਦੀ ਤੁਹਾਡੇ ਮਨ ਚ ਕੋਈ ਵੀ ਡਾਊਟ ਤੁਹਾਨੂੰ ਫਾਰਮ ਨਹੀਂ ਫਿਲਪ ਕਰਨਾ ਆਉਂਦਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਤਾਂ ਮੈਂ ਤੁਹਾਡੀ ਜਿੰਨੀ ਹੋ ਸਕੇ ਜ਼ਰੂਰ ਹੈਲਪ ਕਰਾਂਗਾ ਤਾਂ ਇਹ ਜਾਣਕਾਰੀ ਸੀ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਵੀਡੀਓ ਬਦਲ ਲੱਗੀ ਹੈਲਪਫੁਲ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਕਰਤਵਰ ਮਨ ਚ ਕੋਈ ਵੀ ਡਾਊਟ ਤਾਂ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਤਾਂ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁ